ਸਰ ਥੋੜਾ ਇੱਧਰ ਸਾਰੇ ਬਾਜ਼ਾਰ ਦੇ ਵਿੱਚ ਜਦੋਂ ਖਾਲੀ ਕਰਾਇਆ ਗਿਆ ਤਾਂ ਕਿਤੇ ਕਈਏ ਜੋ ਹੈਗੇ ਨੇ ਕੱਛ ਧਾੜੇ ਤੋਂ ਵੀ ਹੈਗੇ ਨੇ ਇੱਥੇ, ਖਾਸ ਕਰਕੇ ਸੋਨੀ ਵੀ ਖੜੇ ਨੇ ਅਤੇ ਉਹਨਾਂ ਦੇ ਨਾਲ ਪੁਲਿਸ ਐਕਸ਼ਨ ਕਰਦੇ ਦਿਖਾਈ ਦੇ ਰਹੇ ਨੇ। ਇੱਕ ਤਰਫਾ ਓਪੀ ਸੋਨੀ ਇੱਥੇ ਲੰਗਰ ਦੇ ਵਿੱਚ ਪਹੁੰਚੇ ਨੇ, ਸਿਮਰ ਜੀ ਆ ਰਹੇ ਨੇ ਦੋਨੋਂ ਨਾਲ। ਕਿੱਡੀ ਵਧੀਆ ਦੁਕਾਨ, ਉੱਥੇ ਗਾਹਕਾਂ ਨੂੰ ਬਿਠਾਉਂਦਾ ਹੈ ਤੇ ਸੜਕ ਚ ਚਾਹ ਬਣਾਉਂਦਾ। ਆਪਣੀ ਮੌਜੂਦਾ ਸਰਕਾਰ ਦੇ ਹੁੰਦੇ ਅਸੀਂ ਕੰਮ ਨਹੀਂ ਕਰਦੇ ਤੇ ਮੈਂ ਫਿਰ ਨਸ਼ਾ ਵੇਚਣਾ ਵੀ ਚਿੱਟਾ ਵੇਚਣਾ ਰਾਜਮਾ ਚਾਵਲ ਕਰੀ ਚਾਵਲ ਦੇਖੋ ਜੀ, ਮੈਂ ਮੀਡੀਆ ਨੂੰ ਦੱਸਣਾ ਚਾਹੁੰਦਾ, ਮੈਂ ਇੱਕ ਬੜਾ ਆਮ ਆਦਮੀ ਆਦਮੀ ਆ, ਮਾਨ ਸਾਹਿਬ ਦੀ ਸਰਕਾਰ ਬਣੀ ਹੈ, ਮੈਂ ਆਮ ਆਦਮੀ ਪਾਰਟੀ ਜ਼ਿਲ੍ਹਾ ਜੁਆਇੰਟ ਸਕੱਤਰ, ਸਾਰੇ ਲੋਕਾਂ ਨੂੰ ਦੱਸਣਾ ਇਹ ਚਾਹੁੰਦਾ, ਮੈਂ ਗਲਤ ਫਾਇਦਾ ਨਹੀਂ ਚੁੱਕਣ ਦਿਆ, ਮੈਂ ਮਿਹਨਤ ਕਰ ਰਿਹਾ, ਜਾਂ ਮੈਂ ਨਸ਼ਾ ਵੇਚਣ ਦਿਆ ਜਾਂ ਮੈਂ ਕੋਈ ਬਲੈਕ ਕਰਨ ਦਿਆ, ਫਿਰ ਮੈਨੂੰ ਕਹਿਣ ਦੇ ਹੱਕਦਾਰ ਬਣਦੇ ਆ। ਦੂਜੀ ਗੱਲ, ਮਾਨ ਸਾਹਿਬ ਨੇ ਮਿਹਨਤ ਬਖਸ਼ੀ ਹੈ ਸਾਨੂੰ, ਅਕਾਲੀ ਕਾਂਗਰਸੀਆਂ ਵਾਂਗ ਨਾ ਅਸੀਂ ਗਲਤ ਧੰਦਾ ਕੀਤਾ ਤੇ ਨਾ ਅਸੀਂ ਕਰਨਾ, ਮਿਹਨਤ ਕਰਦੇ ਪਿਆ, ਮੈਂ ਮਿਹਨਤ ਕਰਦਾ ਪਿਆ। ਪਤਾ ਕੀ ਚਾਂਸ ਹੈ, ਗੱਲ ਹੈ ਆਪਾਂ ਸੜਕ 'ਚ ਨਾ ਕਰੀਏ, ਕਰਵਾ ਦਿੰਦੇ ਐਸ ਪੀ ਸਾਹਿਬ, ਸੜਕੇ ਆ ਐਸ ਪੀ ਸਾਹਿਬ ਜੀ, ਕਰਵਾ ਦਿੰਦੇ ਆ। ਫਿਰ ਅਸੀਂ ਨਸ਼ੇ ਵੱਲ ਕਿਉਂ ਨਹੀਂ ਜਾਂਦੇ, ਨਸ਼ੇ ਦੇ ਕਾਰੋਬਾਰੀਆਂ ਦੇ ਘਰ ਇੰਦਾ ਕਿਉਂ ਨਹੀਂ ਵੜਦੇ? ਚਾਂਸ ਹੈ ਗੱਲ ਦੀ ਚੀਜ਼ਾਂ ਬਹੁਤ ਹੈਗੀਆਂ ਨੇ ਆਪਾਂ ਕਰਨ ਜਾਈਏ, ਚੀਜ਼ਾਂ ਦੇ ਇੱਥੇ ਕਰੀ ਜਾਈਏ ਬਹੁਤ ਹੈਗੀਆਂ ਨੇ, ਲੇਕਿਨ ਇਹਨਾਂ ਚੀਜ਼ਾਂ 'ਚ ਪੈਣਾ ਨਹੀਂ ਚਾਹੀਦਾ। ਮੇਰੀ ਇੱਕ ਸੁਣੋ, ਹਾਂਜੀ ਵੇਖੋ, ਜੇ ਤੇ ਕਵੇ ਵੀ ਮੇਰੀ ਇੱਥੇ ਲੱਗਣ ਦਿਓ, ਨਹੀਂ ਫਿਰ ਤਾਂ ਸਾਰੇ ਫਿਰ ਚਾਹ ਦੇ ਦਾ ਕੀ ਕਸੂਰ ਹੈ? ਦੇਖੋ ਚਾਹ ਨੇ, ਮੈਂ ਕਹਿੰਦਾ ਗਰੀਬ ਬੰਦੇ ਦੇ ਵੱਲ ਜਾਓ ਨਾ, ਗਰੀਬ ਬੰਦੇ ਵੱਲ ਜਾਓ ਨਾ, ਰਾਹ ਬੰਦ ਹੀ ਕਰਦੀ ਹੈ ਸਰ, ਨਹੀਂ ਰਾਹ ਨਾ ਬੰਦ ਕਰੋ, ਮੈਂ ਇਹ ਨਹੀਂ ਕਹਿੰਦਾ ਰਾਹ ਬੰਦ, ਮੀਡੀਆ ਮੇਰੇ ਰੂਪ ਹੋਵੇ,
ਇਸ ਤਰ੍ਹਾਂ ਜੀ, ਜਿਹੜਾ ਨੀਵਾਂ ਬਾਜ਼ਾਰ ਹੈ ਇਹਦੇ ਬਾਰੇ ਬਹੁਤ ਲੋਕ ਸ਼ਿਕਾਇਤ ਕਰ ਰਹੇ ਸੀ ਕਿ ਇੱਥੇ ਲੰਘਣ ਜੋਗਾ ਰਸਤਾ ਵੀ ਨਹੀਂ ਹੈਗਾ। ਇੱਥੇ ਲਾਗੇ ਹੌਸਪੀਟਲ ਨੇ, ਹੋਰ ਦੁਕਾਨਾਂ ਨੇ ਜਿਹਨਾਂ ਲੋਕਾਂ ਨੇ, ਅਤੇ ਇੱਥੇ ਆਮ ਹੀ ਜਿੰਨੇ ਆ ਉਹਨੇ ਸੜਕਾਂ ਦੇ ਉੱਤੇ ਚਾਹ ਦੀਆਂ ਦੁਕਾਨਾਂ ਖੋਲ੍ਹ ਦਿੱਤੀਆਂ, ਸੜਕਾਂ ਦੇ ਉੱਤੇ ਜਿਹੜੇ ਆ ਪਰੌਂਠੇ ਬਣਾ ਰਹੇ ਨੇ, ਸੜਕਾਂ ਦੇ ਉੱਤੇ ਜਿਹੜਾ ਸਾਰਾ ਕੁਛ ਸਮਾਨ, ਅਤੇ ਜਿਹੜੀਆਂ ਦੁਕਾਨਾਂ ਅਗਲੇ ਪਾਸੇ ਨੇ ਜਿਹੜੀਆਂ ਹੈਰੀਜ ਸਟੇਟ ਦੇ ਦੁਕਾਨਾਂ ਵਾਲੇ, ਉਹ ਸਾਰੇ ਦੁਕਾਨਦਾਰ ਜਿਹੜੇ ਇਹਨਾਂ ਗਲੀਆਂ ਦੇ ਵਿੱਚ ਆਪਣੇ ਵਹੀਕਲ ਪਾਰਕ ਕਰ ਜਾਂਦੇ, ਜਿਹੜੇ ਇਸ ਗਲੀ ਦੇ ਵਿੱਚ ਲੈਣ ਵਾਲੇ ਲੋਕ ਆ ਉਹਨਾਂ ਨੂੰ ਬੜੀ ਸਮੱਸਿਆ ਆ ਰਹੀ ਸੀ। ਉਹ ਅੱਜ ਅਸੀਂ ਕਾਰਪੋਰੇਸ਼ਨ ਦੇ ਸਹਿਯੋਗ ਦੇ ਨਾਲ ਪਹਿਲ ਪਹਿਲਾਂ ਅਸੀਂ ਇੱਥੇ ਵਾਰਨਿੰਗ ਕਰਕੇ ਗਏ ਸੀ ਕਿ ਤੁਸੀਂ ਆਪਣੀਆਂ ਸੜਕਾਂ ਦਾ ਸਮਾਨ ਚੁੱਕ ਲਓ। ਕੱਲ੍ਹ ਅਸੀਂ ਬਕਾਇਦਾ ਮੈਂ ਅਤੇ ਸਾਡੇ ACP ਸਾਹਿਬ ਨਾਲ ਕਾਰਪੋਰੇਸ਼ਨ ਦੇ ਅਧਿਕਾਰੀ ਵਾਰਨਿੰਗ ਕਰਕੇ ਗਏ ਸੀ। ਅੱਜ ਅਸੀਂ ਵਿਦ ਕਾਰਪੋਰੇਸ਼ਨ ਆਏ ਹਾਂ ਅਤੇ ਜਿਹੜੇ ਜਿਹੜਾ ਸਮਾਨ ਰੋਡ ਦੇ ਉੱਤੇ ਪਿਆ ਸੀ ਉਹ ਜਿਹੜਾ ਕਾਰਪੋਰੇਸ਼ਨ ਨੇ ਆਪਣੇ ਕਬਜ਼ੇ 'ਚ ਲੈ ਲਿਆ ਵਾ, ਅਤੇ ਜਿਹੜੇ ਦੁਕਾਨਦਾਰ ਸਾਨੂੰ ਜ਼ਿੰਮੇਵਾਰੀ ਦਿੰਦੇ ਆ ਕਿ ਚਲੋ ਮਾਤੜਾ ਆਦਮੀ ਵੀ ਮੈਂ ਆਪਣੀ ਦੁਕਾਨ 'ਤੇ, ਵੇਖੋ ਇਹਨਾਂ ਨੇ ਇਹ ਦਿਨੇਸ਼ ਟੀ ਸਟਾਲ ਆ, ਇਹਦੀ ਆਪਣੀ ਅੰਦਰ ਬਾਹਰ ਦੁਕਾਨ ਹੈ, ਲੇਕਿਨ ਇਹ ਸੜਕ ਦੇ ਉੱਤੇ ਲਾ ਰਿਹਾ ਲੋਹੇ ਦਾ ਬਣਾ ਕੇ, ਉਹਦੇ 'ਚ ਗੈਸ ਸਿਲੰਡਰ ਰੱਖਿਆ, ਉਹਦੇ ਵਿੱਚ ਸਾਰਾ ਸਮਾਨ ਰੱਖਿਆ। ਮੰਨ ਲਓ ਗੱਲ, ਜੇ ਇਸ ਬਾਜ਼ਾਰ 'ਚ ਦਰਬਾਰ ਸਾਹਿਬ ਤੋਂ ਹਾੜਲੀ 50 ਗਜ਼ ਦੀ ਦੂਰੀ 'ਤੇ ਆ, ਇਹ ਬਾਜ਼ਾਰ ਭਰਿਆ ਹੀ ਰਹਿੰਦਾ 24 ਘੰਟੇ, ਖਾਸ ਕਰਕੇ ਸ਼ਨੀ ਐਤਵਾਰ। ਜੇ ਮੰਨ ਲਓ ਗੱਲ ਇਹ ਸਿਲੰਡਰ ਨੂੰ ਅੱਗ ਲੱਗ ਜੇ ਤਾਂ ਘੱਟੋ ਘੱਟ ਕਿੰਨੇ ਬੰਦਿਆਂ ਦਾ ਨੁਕਸਾਨ ਹੋਵੇ, ਔਰ ਮੈਂ ਤਾਂ ਸ਼ੁਕਰ ਗੁਰੂ ਰਾਮਦਾਸ ਜੀ ਦਾ ਕਰਦਾ ਇਹ ਵਿਚਾਰ ਆ। ਪਰ ਅੱਜ ਉਹਨੇ ਇਹਨੂੰ ਕਿਹਾ ਵੀ ਜੇ ਤੂੰ ਲਾਉਣੀ ਆਪਣੀ ਦੁਕਾਨ 'ਤੇ ਆਪਣੀ ਦੁਕਾਨ ਦੇ ਅੰਦਰ ਕੰਮ ਕਰ, ਸੜਕ ਦੇ ਉੱਤੇ ਕਿਸੇ ਦੁਕਾਨ 'ਤੇ ਕਿਸੇ ਨੂੰ ਸਿਲੰਡਰ ਨਹੀਂ ਲਾਉਣ ਦੇਣਾ। ਇਹ ਅਸੀਂ ਸਾਰਿਆਂ ਦੇ ਸਹਿਯੋਗ ਦੇ ਨਾਲ ਆ, ਔਰ ਮੈਨੂੰ ਆਸ ਹੈ ਵੀ ਅੰਮ੍ਰਿਤਸਰ ਵਾਸੀ ਜਿਹੜੇ ਆ ਇਹ ਕਾਨੂੰਨ ਦੀ ਪਾਲਣਾ ਕਰਨ ਵਾਲੇ ਆ, ਇਹਦੇ ਸਾਡਾ ਪੂਰਾ ਸਹਿਯੋਗ ਕਰਨਗੇ। ਥੈਂਕ ਯੂ।